ਅੱਜ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੋਂ ਬਿਨਾਂ ਨਹੀਂ ਰਹਿ ਸਕਦੇ, ਪਰ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕੈਨੇਡਾ ਜਾਣਾ ਚਾਹੁੰਦੇ ਆ, ਜਿਨ੍ਹਾਂ ਦੇ ਪੇਰੈਂਟਸ ਜਾਣਾ ਚਾਹੁੰਦੇ ਆ, ਜਾਂ ਜਿਨ੍ਹਾਂ ਦੇ ਬੱਚੇ ਜਾਣਾ ਚਾਹੁੰਦੇ, ਜਾਂ ਫਿਰ ਜਿਨ੍ਹਾਂ ਦਾ ਇੱਕ ਸੁਪਨਾ ਹੈ ਕੈਨੇਡਾ ਵਿੱਚ ਜਾਣ ਦਾ, ਕਿਉਂਕਿ ਵਿਜ਼ਟਰ ਵੀਜ਼ਾ ਹੀ ਇੱਕ ਇਹੋ ਜਿਹਾ ਵੀਜ਼ਾ ਹੈ ਜੋ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ 'ਤੇ ਚੱਲ ਰਿਹਾ ਹੈ। ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂੰਗਾ ਕਿ ਵਿਜ਼ਟਰ ਵੀਜ਼ੇ 'ਤੇ ਜਾਣ ਤੋਂ ਪਹਿਲਾਂ ਕੈਨੇਡੀਅਨ ਐਮਬੈਸੀ, ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਕਿਹੜੇ ਸਵਾਲ ਪੁੱਛੇ ਜਾਂਦੇ ਆ। ਜੇਕਰ ਤੁਸੀਂ ਉਹ ਸਵਾਲਾਂ ਨੂੰ ਰੱਟ ਲੈਂਦੇ ਹੋ, ਆਪਣੀ ਕਾਪੀ 'ਤੇ ਲਿਖ ਲੈਂਦੇ ਹੋ, ਸੇਮ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋ, ਤਾਂ ਤੁਹਾਡਾ ਵੀਜ਼ਾ ਹੈ ਜੋ 100% ਤੁਹਾਨੂੰ ਮਿਲ ਜਾਵੇਗਾ। ਪਰ ਸਾਡੇ ਵੱਲੋਂ ਇੱਕ ਛੋਟੀ ਜਿਹੀ ਰਿਕੁਐਸਟ ਆ, ਪਹਿਲੀ ਵਾਰ ਚੈਨਲ 'ਤੇ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਆਪਣਾ ਵੀ ਤੁਸੀਂ ਪਿਆਰ ਦਿਖਾਇਓ, ਕਿਉਂਕਿ ਜੇਕਰ ਅਸੀਂ ਤੁਹਾਡੇ ਲਈ ਆਪਣਾ ਪਿਆਰ ਦਿਖਾ ਰਹੇ ਹਾਂ ਇਸ ਚੈਨਲ ਦੇ ਉੱਤੇ ਵੀਡੀਓ ਨੂੰ ਲੈ ਕੇ, ਤੁਸੀਂ ਵੀ ਜ਼ਰੂਰ ਦਿਖਾਇਓ। ਬਸ ਇੱਕ ਛੋਟਾ ਜਿਹਾ ਲਾਈਕ ਜੋ ਤੁਹਾਨੂੰ ਉੱਪਰ ਦਿਖ ਰਿਹਾ, ਇੱਕ ਲਾਲ ਕਲਰ ਦਾ ਬਟਨ ਦਿਖ ਰਿਹਾ ਡਿਸਕ੍ਰਾਈਬ, ਜ਼ਰੂਰ ਕਰਿਓ, ਕਿਉਂਕਿ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਲੱਗੇ। ਟਾਈਮ ਵੇਸਟ ਨਹੀਂ ਕਰਦੇ, ਚੱਲਦੇ ਆਪਾਂ ਆਪਣੀ ਵੀਡੀਓ ਵੱਲ। ਪਹਿਲੇ ਕੁਐਸਚਨ ਦੀ ਗੱਲ ਕਰੀਏ, ਪਹਿਲਾ ਜੋ ਪਰਪਸ ਆ ਆਫ ਟਰੈਵਲ, ਇਹ ਹਮੇਸ਼ਾ ਹੀ ਜੋ ਆਪਣੇ ਲੋਕਾਂ ਤੋਂ ਪੁੱਛਿਆ ਜਾਂਦਾ, ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲਿਖ ਸਕਦੇ ਹੋ। ਇਹ ਪਹਿਲਾ ਕੁਐਸਚਨ ਆ ਜਿਸ ਦੇ ਵਿੱਚ 4 ਤੋਂ 5 ਸਵਾਲ ਉੱਥੋਂ ਦੇ ਐਮਬੈਸੀ ਦੇ ਜੋ ਫਰੰਟ ਆਫਿਸ ਆਪਣੇ ਬੈਠਾ ਹੁੰਦਾ ਹੈ ਉਹਦੇ ਦੁਆਰਾ ਇਹ ਪੁੱਛੇ ਜਾਂਦੇ ਆ, ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਆ। ਸੈਕਿੰਡ ਸਵਾਲ ਦੀ ਗੱਲ ਕਰਦੇ ਹਾਂ, ਹਾਓ ਲੌਂਗ ਯੂ ਸਟੇ, ਮਤਲਬ ਕਿ ਤੁਸੀਂ ਇੱਥੇ ਕਿੰਨਾ ਟਾਈਮ ਰਹੋਗੇ। ਫੋਰ ਐਗਜ਼ਾਮਪਲ 3 ਮਹੀਨੇ ਰਹੋਗੇ, ਅਸੀਂ ਪੂਰੀ ਚੰਗੀ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ 3 ਮਹੀਨੇ ਰਹੋਗੇ, ਲੈਸ ਦੈਨ 6 ਮਹੀਨੇ ਤੁਹਾਡਾ ਵੀਜ਼ਾ ਹੈ, ਤੁਹਾਡਾ ਕੀ ਪਲੈਨ ਆ ਇੱਥੇ, ਕਿਉਂ ਤੁਸੀਂ ਇਸ ਵੀਜ਼ੇ ਦੇ ਉੱਤੇ ਆਏ ਹੋ, ਕਿਉਂ ਤੁਸੀਂ ਕੈਨੇਡਾ ਹੀ ਚੂਜ਼ ਕੀਤਾ ਹੈ ਇਸ ਤਰੀਕੇ ਨਾਲ। ਜੇਕਰ ਥਰਡ ਸਵਾਲ ਦੀ ਗੱਲ ਕਰੀਏ, ਵੇਅਰ ਯੂ ਡੂ ਸਟੇ, ਕਿ ਤੁਸੀਂ ਕਿੱਥੇ ਸਟੇ ਕਰੋਗੇ, ਹੋਟਲ ਦੇ ਵਿੱਚ, ਅਰਬੀਅਨ ਜਾਂ ਫਰੈਂਡ ਫੈਮਿਲੀ, ਉਹਦਾ ਨਾਮ, ਉਹਦਾ ਐਡਰੈਸ, ਉਹਦਾ ਫੋਨ ਨੰਬਰ, ਉਸਦੀ ਅਕੋਮੋਡੇਸ਼ਨ ਤੁਹਾਡੀ ਕਿੰਨੀ ਹੈ, ਕਿੰਨੇ ਪੈਸੇ ਨਾਲ ਲੈ ਕੇ ਆਏ ਹੋ, ਕਿੰਨੇ ਪੈਸੇ ਤੁਸੀਂ ਉੱਥੇ ਪੇ ਕਰੋਗੇ, ਕਿਹੜੀ ਕਿਹੜੀ ਐਕਟੀਵਿਟੀਜ਼ ਤੁਸੀਂ ਕਿੱਥੇ ਤੱਕ ਕੀ ਕਰ ਸਕਦੇ ਹੋ। ਥਰਡ ਕੁਐਸਚਨ ਸਭ ਤੋਂ ਇੰਪੋਰਟੈਂਟ ਇਹ ਹੈ। ਸਭ ਤੋਂ ਚੌਥਾ ਕੁਐਸਚਨ ਦੀ ਗੱਲ ਕਰੀਏ, ਡੂ ਯੂ ਨੋ ਐਨੀਵਨ ਹੇਅਰ, ਕਿ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ। ਬ੍ਰਿੰਗ ਮਨੀ ਔਰ ਫੂਡ, ਕਿ ਤੁਸੀਂ ਆਪਣੇ ਨਾਲ ਪੈਸਾ ਲੈ ਕੇ ਆਏ ਹੋ, ਆਪਣੇ ਨਾਲ ਫੂਡ ਲੈ ਕੇ ਆਏ ਹੋ, ਤਾਂ ਕਿੰਨਾ ਪੈਸਾ ਲੈ ਕੇ ਆਏ ਹੋ ਅਤੇ ਕਿਉਂ ਲੈ ਕੇ ਆਏ ਹੋ, ਉਹਨਾਂ ਸਾਰਿਆਂ ਦੇ ਜਵਾਬ, ਮਤਲਬ ਕਿ ਇਹ 4 ਕੁਐਸਚਨ ਆ ਜੋ ਹੱਦੋ ਵੱਧ ਟੌਪ 'ਤੇ ਆ ਵਿਜ਼ਟਰ ਵੀਜ਼ੇ ਲਾ ਲੈਣ ਲਈ। ਅਤੇ ਪਲੀਜ਼ ਇਹਨਾਂ ਨੂੰ ਜ਼ਰੂਰ ਰੀਡ ਕਰ ਲਿਓ, ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਿਓ, ਜੋ ਤੁਸੀਂ ਇੰਡੀਆ ਵਾਪਸ ਨਾ ਆ ਸਕੋ, ਮਤਲਬ ਕਿ ਕੈਨੇਡਾ ਦੇ ਵਿੱਚ ਹੀ ਤੁਸੀਂ ਸਟੇ ਕਰ ਲਓ। ਇਸ ਵੀਡੀਓ ਨੂੰ ਪਿਆਰ ਜ਼ਰੂਰ ਦਿਖਾਇਓ, ਜਿਵੇਂ ਮੈਂ ਪਿੱਛੇ ਜੇ ਹੁਣੇ ਜੇ ਕਹਿ ਕੇ ਹਟਿਆ, ਇੱਕ ਛੋਟਾ ਜਿਹਾ ਲਾਈਕ ਅਤੇ ਸਬਸਕ੍ਰਾਈਬ ਕਰਕੇ, ਕਿਉਂਕਿ ਤੁਹਾਡਾ ਪਿਆਰ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਚੈਨਲ ਦੇ ਉੱਤੇ।